ਬਾਜ਼ਾਰ ਦੇ ਵਿੱਚ ਇਹ ਛੋਟਾ ਜਿਹਾ ਹੁੱਕ ਮਿਲਦਾ ਹੈ ਜਿਸ ਨਾਲ ਜਾਦੂਗਰ ਕਈ ਤਰ੍ਹਾਂ ਦੇ ਖੇਡ ਦਿਖਾਉਂਦੇ ਹਨ। ਅੱਜ ਅਸੀਂ ਵੀ ਇਸ ਹੁੱਕ ਨੂੰ ਆਪਣੀ ਉਂਗਲੀ ਦੇ ਉੱਤੇ ਟਿਕਾ ਕੇ ਦੇਖਾਂਗੇ। ਪਰ ਤੁਸੀਂ ਦੇਖਿਆ ਇਹ ਹੁੱਕ ਇਸ ਉਂਗਲ ਦੇ ਉੱਤੇ ਟਿਕਦਾ ਹੀ ਨਹੀਂ ਹੈ। ਫਿਰ ਕੋਸ਼ਿਸ਼ ਕਰਕੇ ਦੇਖਦੇ ਹਾਂ ਪਰ ਇਹ ਨਾਮੁਮਕਿਨ ਜਿਹਾ ਲੱਗਦਾ ਹੈ। ਤਾਂ ਫਿਰ ਕੀ ਕੀਤਾ ਜਾਵੇ ਕਿ ਅਸੀਂ ਇਸ ਹੁੱਕ ਨੂੰ ਬੜੀ ਆਸਾਨੀ ਦੇ ਨਾਲ ਆਪਣੀ ਉਂਗਲ ਦੇ ਉੱਤੇ ਟਿਕਾ ਲਈਏ। ਅਸੀਂ ਜਾਣਦੇ ਹਾਂ ਕਿ ਕਿਸੇ ਵਸਤੂ ਦੇ ਸੈਂਟਰ ਆਫ ਗ੍ਰੈਵਿਟੀ ਜਾਂ ਗੁਰਤਾ ਕੇਂਦਰ ਤੋਂ ਖਿੱਚਿਆ ਗਿਆ ਲੰਬ ਜੇ ਉਸਦੇ ਆਧਾਰ ਦੇ ਵਿੱਚੋਂ ਗੁਜ਼ਰਦਾ ਹੈ ਤਾਂ ਉਹ ਵਸਤੂ ਉਸ ਆਧਾਰ ਦੇ ਉੱਤੇ ਸੰਤੁਲਿਤ ਹੋ ਜਾਂਦੀ ਹੈ। ਸਾਡੇ ਇਸ ਕਿਰਿਆ ਦੇ ਵਿੱਚ ਵੀ ਇਹ ਉਂਗਲੀ ਆਧਾਰ ਹੈ ਅਤੇ ਇਸ ਵਸਤੂ ਨੂੰ ਅਸੀਂ ਇਸ ਦੇ ਉੱਤੇ ਟਿਕਾਉਣਾ ਹੈ। ਤਾਂ ਫਿਰ ਜ਼ਰੂਰੀ ਹੈ ਕਿ ਇਸ ਦਾ ਗੁਰਤਾ ਕੇਂਦਰ ਵੀ ਇਸ ਉਂਗਲੀ ਦੇ ਕਿਤੇ ਨੀਚੇ ਹੀ ਹੋਣਾ ਚਾਹੀਦਾ ਹੈ। ਗੁਰਤਾ ਕੇਂਦਰ ਨੂੰ ਇਸ ਉਂਗਲੀ ਦੇ ਆਧਾਰ ਦੇ ਨੀਚੇ ਲੈ ਕੇ ਆਉਣ ਲਈ ਜ਼ਰੂਰੀ ਹੈ ਸਾਨੂੰ ਇੱਕ ਬੈਲਟ ਦੀ। ਅਸੀਂ ਇਸ ਬੈਲਟ ਨੂੰ ਇਸ ਹੁੱਕ ਦੇ ਵਿੱਚ ਫਸਾ ਲਾਂਗੇ ਅਤੇ ਫਿਰ ਬੜੀ ਹੀ ਆਸਾਨੀ ਦੇ ਨਾਲ ਇਸ ਹੁੱਕ ਨੂੰ ਆਪਣੀ ਉਂਗਲੀ ਦੇ ਉੱਤੇ ਟਿਕਾ ਸਕਦੇ ਹਾਂ। ਬੈਲਟ ਲਟਕਾਉਣ ਨਾਲ ਇਸ ਦਾ ਗੁਰਤਾ ਕੇਂਦਰ ਇਸ ਉਂਗਲੀ ਦੇ ਕਿਤੇ ਨੀਚੇ ਆ ਜਾਂਦਾ ਹੈ ਅਤੇ ਇਹ ਆਸਾਨੀ ਦੇ ਨਾਲ ਹੀ ਟਿਕ ਜਾਂਦੀ ਹੈ।